ਲੁਧਿਆਣਾ ਵਿਖੇ ਗਿੱਲ ਰੋਡ 'ਤੇ ਗ੍ਰੈਂਡ ਮਾਈਨਰ ਹੋਮਸ ਨਾਮ ਦੇ ਫਲੈਟਾਂ ਦੇ ਨਿਰਮਾਣ ਨੂੰ ਲੈ ਕੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕਰਵਾਈ ਜਾਂਚ ਵਿੱਚ ਕਥਿਤ ਤੌਰ 'ਤੇ ਘੁਟਾਲਾ ਸਾਹਮਣੇ ਆਉਣ 'ਤੇ ਆਈ ਮੀਡੀਆ ਦੀ ਰਿਪੋਰਟਾਂ ਤੋਂ ਬਾਅਦ ਰਾਜ ਦੀ ਸਿਆਸਤ ਗਰਮਾ ਚੁੱਕੀ ਹੈ। ਗੌਰਤਲਬ ਹੈ ਕਿ ਰਿਪੋਰਟ ਵਿੱਚ ਜ਼ਮੀਨ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਚੇਂਜ ਆਫ ਲੈਂਡ ਯੂਜ਼ 'ਤੇ ਵੀ ਸਵਾਲ ਚੁੱਕੇ ਗਏ ਨੇ। ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਰਿਪੋਰਟ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਇੱਕ ਸਥਾਨਕ ਨੇਤਾ ਕਵਲਜੀਤ ਸਿੰਘ ਕੜਵਲ ਸਮੇਤ ਕਰੀਬ 16 ਅਫਸਰਾਂ 'ਤੇ ਉਂਗਲ ਚੁੱਕੀ ਗਈ ਹੈ। ਇਸੇ ਮਾਮਲੇ ਨੂੰ ਲੈ ਕੇ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਨੇ ਵੀ ਵਿਧਾਨ ਸਭਾ ਦੇ 0 hour ਦੇ ਦੌਰਾਨ ਜ਼ੋਰ ਸ਼ੋਰ ਨਾਲ ਆਵਾਜ਼ ਚੁੱਕੀ ਸੀ ਅਤੇ ਸਰਕਾਰ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਸੀ। ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਜਗਰਾਓਂ ਵਿਧਾਨ ਸਭਾ ਖੇਤਰ ਤੋਂ MLA ਸਰਬਜੀਤ ਕੌਰ ਮਾਣੂਕੇ ਵੱਲੋਂ ਆਪਣੀ ਪਾਰਟੀ ਦੇ ਹੋਰ ਨੇਤਾਵਾਂ ਦੇ ਨਾਲ ਮਿਲ ਕੇ ਇੱਕ ਪੱਤਰਕਾਰ ਮੀਟਿੰਗ ਦਾ ਆਯੋਜਨ ਕਰਕੇ ਆਸ਼ੂ ਅਤੇ ਸਥਾਨਕ ਕਾਂਗਰਸੀ ਨੇਤਾ ਕੜਵਲ 'ਤੇ ਗੰਭੀਰ ਆਰੋਪ ਲਗਾਏ ਗਏ ਅਤੇ ਨਾਲ ਹੀ ਰਿਪੋਰਟ ਵਿੱਚ ਅਫਸਰਾਂ 'ਤੇ ਚੁੱਕੀ ਉਂਗਲ ਦਾ ਵੀ ਜ਼ਿਕਰ ਕੀਤਾ ਗਿਆ। ਆਮ ਆਦਮੀ ਪਾਰਟੀ ਨੇਤਾਵਾਂ ਨੇ ਮੰਗ ਕੀਤੀ ਕਿ ਸਰਕਾਰ ਮਾਮਲੇ ਵਿੱਚ ਸਖ਼ਤ ਕਾਰਵਾਈ ਕਰੇ, ਆਰੋਪੀ ਅਫਸਰਾਂ 'ਤੇ ਕਾਰਵਾਈ ਹੋਵੇ ਅਤੇ ਕੈਬਨਿਟ ਮੰਤਰੀ ਤੋਂ ਅਸਤੀਫਾ ਲਿਆ ਜਾਵੇ। ਜੇਕਰ ਉਹ ਅਸਤੀਫਾ ਨਹੀਂ ਦਿੰਦੇ ਤਾਂ ਉਹਨਾਂ ਨੂੰ ਕੈਬਨਿਟ ਤੋਂ ਬਰਖਾਸਤ ਕੀਤਾ ਜਾਵੇ। ਆਮ ਆਦਮੀ ਪਾਰਟੀ ਨੇ ਇਸ ਮਾਮਲੇ ਵਿੱਚ ਇੱਕ ਕਮੇਟੀ ਦਾ ਗਠਨ ਕਰਨ ਸੰਬੰਧੀ ਵੀ ਐਲਾਨ ਕੀਤਾ ਹੈ ਜੋ ਮਾਮਲੇ ਵਿੱਚ ਵੱਖ ਵੱਖ ਤੱਥਾਂ ਦੀ ਜਾਂਚ ਕਰੇਗੀ। ਗ੍ਰੈਂਡ ਮੈਨਰ ਹੋਮ ਦੇ ਵਿੱਚ ਆਸ਼ੂ ਭਾਰਤ DC ਨੇ ਆਪਣੀ ਸੈਲਫ ਇਨਕੁਆਇਰੀ ਦੇ ਵਿੱਚ ਇਹ ਇਨਕੁਆਇਰੀ ਕੀਤੀ ਹੈ ਕਿ ਗ੍ਰੈਂਡ ਮੈਨਰ ਹੋਮ CLU 'ਤੇ ਰਜਿਸਟਰੀ ਡਿਫਰ ਕਰਦੀ ਹੈ। ਹੁਣ ਉਸ ਚੀਜ਼ ਦੇ ਵਿੱਚ ਵੈਲਿਊਏਸ਼ਨ ਫੀਸ 50 lakh ਰੁਪਈਏ ਦੀ ਚਪੇਟ ਵੀ ਆਈ ਹੋਈ ਹੈ। ਮੈਂ ਇੱਕੋ ਗੱਲ ਦੱਸਣਾ ਚਾਹੁੰਦੀ ਹਾਂ ਸਰਕਾਰ ਨੂੰ ਵੀ ਅਸੀਂ 4 ਦਿਨ ਹੋ ਗਏ ਮੁੱਦਾ ਚੁੱਕੇ ਨੂੰ, ਨਾ ਅਜੇ ਤੱਕ ਤੁਸੀਂ ਕੋਈ IAS PCS ਅਫਸਰ ਸਸਪੈਂਡ ਕੀਤਾ। 16 ਬੰਦਿਆਂ ਦਾ IAS ਅਫਸਰਾਂ ਦਾ ਨਾਮ ਆ, ਅਤੇ ਸਭ ਤੋਂ ਵੱਡੀ ਗੱਲ ਤੁਹਾਡਾ ਭਾਰਤ ਭੂਸ਼ਣ ਆਸ਼ੂ ਪੁੱਛ ਰਿਹਾ ਵੀ ਮੇਰਾ ਇਹਦੇ ਵਿੱਚ ਰੋਲ ਕੀ ਆ। ਹੁਣ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਵੀ ਰੋਲ ਕਿਉਂ ਨਹੀਂ, ਜੇ ਤੁਹਾਡਾ ਕੋਈ ਰੋਲ ਨਹੀਂ ਤੁਸੀਂ ਨਿਰਪੱਖ ਜਾਂਚ ਹੋਣ ਦਿੰਦੇ। ਤੁਸੀਂ ਉਸ ਅਫਸਰ ਨੂੰ ਫੋਨ ਕਰਕੇ ਕਹਿ ਰਹੇ ਹੋ ਵੀ ਰਹਿਣ ਦੇ ਰਿਪੋਰਟਾਂ ਤਾਂ ਬਣਦੀਆਂ ਮਿਟਦੀਆਂ ਰਹਿੰਦੀਆਂ, ਅਸੀਂ ਨਵੀਂ ਰਿਪੋਰਟ ਬਣਾ ਕੇ ਅਸੀਂ ਤੈਨੂੰ ਮਿਥ ਕੇ ਰੱਖ ਦਾਂਗੇ। ਤੁਹਾਡਾ ਸਾਥੀ ਕੈਪਟਨ ਕਮਲਜੀਤ ਕੜਵਲ ਇਹ ਕਹਿ ਰਿਹਾ, ਕਹਿੰਦਾ ਵੀ ਅੱਗ ਨਾਲ ਨਾ ਖੇਡ, ਤੂੰ ਸਿੱਧੂ ਦੀ ਕਹੀ ਦਾ ਦਸਤਾ ਨਾ ਬਣ। ਮੈਨੂੰ ਸਮਝ ਨਹੀਂ ਆਉਂਦੀ, ਅਜੇ ਵੀ ਰੋਲ ਸਮਝ ਲੈਣਾ ਚਾਹੀਦਾ। ਸਰਕਾਰ ਕਿਸ ਚੀਜ਼ ਦੀ ਉਡੀਕ ਕਰ ਰਹੀ ਹੈ ਵੀ ਜਿਹੜੇ ਅਫਸਰ ਨੇ ਇਮਾਨਦਾਰੀ ਨਾਲ ਇਨਕੁਆਇਰੀ ਕਰਤੀ, ਉਹ DGP ਨੂੰ ਆਪਦੀ ਰਿਟਨ ਕੰਪਲੇਂਟ ਦੇ ਆਇਆ, ਆਡੀਓ ਦੇ ਆਇਆ, ਅਜੇ ਤੱਕ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਮੈਂ ਇੱਕੋ ਗੱਲ ਕਹਿਣਾ ਚਾਹੂੰਗੀ, ਇਹ ਚੈਲੰਜ ਹੈ ਨਵਜੋਤ ਸਿੰਘ ਸਿੱਧੂ ਨੂੰ, ਕਿਉਂਕਿ ਤੁਹਾਨੂੰ ਦੁਨੀਆ ਇਮਾਨਦਾਰ ਮੰਨਦੀ ਹੈ, ਤੁਸੀਂ ਆਪਣੇ ਮੰਤਰੀ ਤੋਂ ਅਸਤੀਫਾ ਲੈ ਪਾਓਗੇ। ਦੂਸਰਾ ਚੈਲੰਜ ਹੈ, ਇਹ ਸਭ ਤੋਂ ਦੂਜਾ ਜਿਹੜਾ ਚੈਲੰਜ ਮੇਨ ਚੈਲੰਜ ਹੈ, ਇਹ ਰਾਹੁਲ ਗਾਂਧੀ ਨੂੰ ਜਿਹੜਾ 0 tolerance ਇੱਕ ਪਾਲਿਸੀ ਲੈ ਕੇ ਆਇਆ ਸੀ। ਹੁਣ ਸਮੱਸਿਆ ਇਸ ਗੱਲ ਦੀ ਆ, ਰਾਹੁਲ ਗਾਂਧੀ ਜੀ ਦੇ ਜੀਜੇ ਜੀ ਤਾਂ ਖੁਦ ਰਾਬਰਟ ਵਾਡਰਾ ਐਡੇ ਵੱਡੇ ED ਦੇ ਕ੍ਰਾਈਮ 'ਚ ਸਕੈਮ 'ਚ ਫਸੇ ਹੋਏ ਆ। ਹੁਣ ਉਹ ਆਪਣੇ ਹੀ ਮੰਤਰੀ ਅਤੇ ਆਪਣੇ ਸਾਥੀ ਚਹੇਤੇ ਮੰਤਰੀ ਨੂੰ, ਜਿਹੜੇ ਨੂੰ ਸਾਰੇ MLA ਨੂੰ ਪਿੱਛੇ ਸਿੱਟ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਮੰਤਰੀ ਬਣਾਇਆ, ਆਪਣੇ ਮੰਤਰੀ ਤੋਂ ਅਸਤੀਫਾ ਮੰਗ ਸਕਣਗੇ ਕਿ ਨਹੀਂ ਮੰਗ ਸਕਣਗੇ? ਮੇਰਾ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੁੱਛਣਾ ਮੰਗਦੀ ਹਾਂ ਵੀ ਕਿਤੇ ਤੁਸੀਂ ਸਿਟੀ ਸੈਂਟਰ ਘਟਾ ਲਏ ਵਾਂਗੂ, ਆਪਣਾ ਸਾਥੀ ਤਾਂ ਨਹੀਂ ਲੈ ਆਉਂਦਾ ਵੀ ਮੈਨੂੰ ਲੋਕਾਂ ਵਾਂਗ ਮੈਨੂੰ ਵੀ ਵਿੱਚ ਇਨਵੋਲਵ ਕਰਕੇ ਦੇ ਚੱਲ। ਆਮ ਆਦਮੀ ਪਾਰਟੀ ਨੇ ਇਸ ਮਾਮਲੇ ਵਿੱਚ DSP ਨੂੰ ਕੈਬਨਿਟ ਮੰਤਰੀ ਆਸ਼ੂ ਵੱਲੋਂ ਫੋਨ ਤੇ ਧਮਕੀਆਂ ਦੇਣ ਦਾ ਵੀ ਆਰੋਪ ਲਗਾਇਆ ਗਿਆ। ਇਹਦੇ ਉੱਤੇ ਹੁਣ ਕੈਪਟਨ ਸਾਹਿਬ ਨੂੰ ਚਾਹੀਦਾ ਆਪਣੇ ਮਿਨਿਸਟਰ ਨੂੰ ਕੱਢਣ ਜਾਂ ਉਹਨਾਂ ਤੋਂ ਅਸਤੀਫਾ ਲੈਣ ਔਰ ਉਹਦੀ ਥੋਰੋਲੀ ਇਨਕੁਆਇਰੀ ਕਰਾਉਣ। ਔਰ ਦੂਸਰੀ ਵੱਡੀ ਗੱਲ ਜਿਹੜੀ ਸਾਡੇ ਸਾਹਮਣੇ ਆਈ ਆ ਵੀ ਜਿਹੜੇ ਇਹ ਵਿਅਕਤੀ ਜਿਹੜੇ ਚ ਇਨਵੋਲਵ ਨੇ ਉਹ ਲਗਾਤਾਰ ਜਿਹੜੇ ਕੰਪਲੇਨਰ ਨੇ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ, ਉਹਦੀ ਵੀ ਇੱਕ ਕੰਪਲੇਂਟ ਅੱਜ DGP ਸਾਹਿਬ ਕੋਲ ਗਈ ਆ ਔਰ ਇੱਕ ਆਡੀਓ ਗਈ ਆ, ਉਹ ਆਡੀਓ ਸਾਹਮਣੇ ਆਈ ਆ ਔਰ ਧਮਕੀਆਂ ਦੇ ਰਹੇ ਨੇ ਕੜਵਲ ਜੀ, ਆਸ਼ੂਤੋਸ਼ ਦੇ ਬੰਦੇ। ਮੈਂ ਸਮਝਦਾ ਜੇ ਸਰਕਾਰ ਦੇ ਮਿਨਿਸਟਰ ਨੇ ਉਹ ਧਮਕੀ ਦੇ ਉੱਤਰ ਆਏ ਨੇ, ਹੁਣ ਜਿਹੜਾ ਸਰਕਾਰ ਨੂੰ ਕੰਮ ਕਰਨਾ ਚਾਹੀਦਾ, ਸਰਕਾਰ ਨੂੰ ਉਹਨਾਂ ਦੇ ਖਿਲਾਫ਼ FIR ਦਰਜ ਕਰਕੇ ਸਾਰੇ ਬੰਦੇ ਨੂੰ ਅਰੈਸਟ ਕਰਨਾ ਚਾਹੀਦਾ ਔਰ ਜੇਲ੍ਹ ਭੇਜਣਾ ਚਾਹੀਦਾ।
ਹਾਲਾਂਕਿ ਉਸ ਜ਼ਮੀਨ ਤੇ ਫਲੈਟ ਬਣਾਉਣ ਵਾਲੀ ਕੰਪਨੀ ਆਰ ਕੇ ਬਿਲਡਰਸ ਦੇ ਮੁਤਾਬਕ ਉਹਨਾਂ ਕਿਸੇ ਵੀ ਤਰ੍ਹਾਂ ਦਾ ਕੋਈ ਨਿਯਮ ਨਹੀਂ ਤੋੜਿਆ ਹੈ। ਉਹਨਾਂ ਬਕਾਇਦਾ CLU ਨੂੰ ਲੈ ਕੇ ਨਗਰ ਨਿਗਮ ਦੀ ਪੂਰੀ ਫੀਸ ਜਮ੍ਹਾਂ ਕਰਾਈ ਹੈ, ਜਦਕਿ ਮਾਮਲੇ ਵਿੱਚ ਸਿਆਸੀ ਦਖਲ ਦੇਣ ਸੰਬੰਧੀ ਆਰੋਪਾਂ ਨੂੰ ਵੀ ਉਹਨਾਂ ਖਾਰਿਜ ਕੀਤਾ ਹੈ। ਇੱਥੋਂ ਤੱਕ ਕਿ ਉਹਨਾਂ ਨੇ DSP ਲੈਵਲ ਦੇ ਅਫਸਰ ਵੱਲੋਂ ਵੀ ਉਹਨਾਂ ਤੋਂ ਰਿਸ਼ਵਤ ਮੰਗਣ ਦੇ ਆਰੋਪ ਲਗਾਏ ਹਨ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਰਿਸ਼ਵਤ ਨਾ ਦੇਣ ਤੇ ਉਸ ਅਫਸਰ ਨੇ ਨਵਜੋਤ ਸਿੰਘ ਸਿੱਧੂ ਦੇ ਕੰਨ ਭਰੇ ਹਨ। ਵਾਦ ਵਾਲੀ ਕੋਈ ਗੱਲ ਹੀ ਨਹੀਂ ਜੀ, ਸਾਰਾ ਕੁਛ ਸਾਡਾ ਸਹੀ ਹੈ ਜੀ। CLU ਕਰਾਇਆ ਹੈ ਕਾਰਪੋਰੇਸ਼ਨ ਤੋਂ, ਨਕਸ਼ਾ ਅਸੀਂ ਕਾਰਪੋਰੇਸ਼ਨ ਤੋਂ ਪਾਸ ਕਰਾਇਆ ਹੈ, ਜਿਹੜੀਆਂ ਬਣ ਦੀਆਂ ਫੀਸਾਂ ਜਮ੍ਹਾਂ ਕਰਾਈਆਂ ਹੋਈਆਂ ਨੇ। ਵਾਦ ਕੋਈ ਵੀ ਉਠਾ ਸਕਦਾ ਜੀ, ਵਾਦ ਉਡਾਉਣ ਦਾ ਤਾਂ ਖੁੱਲ੍ਹਾ ਬੰਦਾ, ਮੈਂ ਵੀ ਕਿਸੇ ਨੂੰ ਕਹਿ ਸਕਦਾ। ਇਹਦੇ ਵਿੱਚ ਕਿਸੇ ਕੋਈ ਕਾਂਗਰਸ ਆਗੂ ਦਾ ਕੋਈ ਸਵਾਲ ਹੀ ਨਹੀਂ ਜੀ, ਕੋਈ ਮੰਤਰੀ ਸਾਹਿਬ ਦਾ ਜਾਂ ਕੋਈ ਆਪਣਾ ਕੜਵਲ ਸਾਹਿਬ ਦਾ। ਠੀਕ ਹੈ, ਸਾਡੇ ਸੀਨੀਅਰ ਨੇ, ਸਾਡੇ ਕੋਲ ਇੱਕ ਦੂਸਰੇ ਕੋਲ ਅਸੀਂ ਆਉਂਦੇ ਜਾਂਦੇ ਰਹਿੰਦੇ ਹਾਂ। RTE ਤਾਂ ਪਹਿਲਾਂ ਜਦੋਂ ਅਸੀਂ ਕਰਾਇਆ ਨਕਸ਼ਾ, ਉਦੋਂ RTE ਕੋਈ ਵੀ ਕਾਰਪੋਰੇਸ਼ਨ ਤੋਂ, ਕਿਸੇ ਵੀ ਕਾਰਪੋਰੇਸ਼ਨ ਤੋਂ ਕੋਈ ਵੀ ਬੰਦਾ ਪ੍ਰੋਜੈਕਟ ਪਾਸ ਕਰਨ ਦਾ, ਉੱਥੇ RTE ਲਾਉਂਦੇ ਹੀ ਲਾਉਂਦੇ ਨੇ। RTE ਵਾਲੇ ਇੱਕ ਆਪਣਾ DSP ਹੈਗਾ, DSP ਸਿੱਖੋਂ, ਜਿਹੜਾ ਕਿ ਕਾਰਪੋਰੇਸ਼ਨ ਦੇ DSP ਹੈ ਜੀ। ਉਹ ਇੱਥੋਂ ਮਤਲਬ ਜਿਹੜੇ ਸਾਡੇ ਇੱਥੇ ਦੀ ਲੁਧਿਆਣੇ ਦੇ ਜੋ ਵੀ ਲੀਡਰ ਨੇ, ਉਹ ਸਾਰਿਆਂ ਨੂੰ ਉੱਥੇ ਜਾ ਕੇ DSP ਗਲਤ ਤਰੀਕੇ ਨਾਲ ਪੇਸ਼ ਕਰਦਾ ਸਿੱਧੂ ਸਾਹਿਬ ਨੂੰ, ਮੰਤਰੀ ਸਾਹਿਬ ਨੂੰ, ਜਿਹਨੇ ਸਾਰਾ ਗਲਤ ਗਾਈਡ ਕੀਤਾ ਜਿਹੜਾ ਵੀ ਸਾਡਾ ਇਹ ਪ੍ਰੋਜੈਕਟ ਬਾਰੇ। ਮੰਤਰੀ ਸਾਹਿਬ ਨੂੰ ਸਾਰਾ ਗਲਤ ਗਾਈਡ ਕੀਤਾ। ਜਦੋਂ ਮੰਤਰੀ ਸਾਹਿਬ ਨੂੰ ਅਸੀਂ ਕੱਲ੍ਹ ਜਾ ਕੇ ਮਿਲੇ, ਮੰਤਰੀ ਸਾਹਿਬ ਨੂੰ ਸਾਰਾ ਕੁਛ ਦੱਸਿਆ, ਸਾਰੇ ਐਵੀਡੈਂਸ ਦੱਸੇ ਵੀ ਇੱਦਾਂ ਦਾ CLU ਹੋਇਆ, ਵੀ ਅਸੀਂ, ਸਾਡੀ ਜੱਦੀ ਮਾਲਕੀ ਹੈ, ਜੱਦੀ ਮਾਲਕੀ ਦੇ ਉੱਤੇ ਅਸੀਂ CLU ਕਰਾ ਸਕਦੇ ਹਾਂ, ਉਹ ਇੱਕ ਜੋ ਵੀ ਹੈਗਾ ਉਹਦੇ 'ਤੇ ਜਿਵੇਂ ਵੀ ਕਰਾ ਸਕਦੇ ਹਾਂ, ਅਤੇ CLU ਹੋ ਸਕਦਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।